ਭਾਈ ਮੈਂ ਬੇਨਤੀ ਕਰਾਂ ਵੀ ਲੰਗਰ ਤਾਂ ਬਹੁਤ ਵਧੀਆ ਮਹਾਂਪੁਰਸ਼ਾਂ ਲਾਇਆ ਹੋਇਆ, ਚਾਹ ਪਕੌੜਿਆਂ ਦਾ ਲੰਗਰ ਅੰਮ੍ਰਿਤ ਵੇਲੇ ਤੋਂ ਚੱਲ ਰਿਹਾ, ਬੋਲੇ ਤੁਸੀਂ ਹੈ ਨਹੀਂ, ਸਾਹਮਣੇ ਛਕਾ ਛਕਾਇਆ ਹੋਇਆ ਹੈ, ਬਾਜ ਤਾਂ ਮੂਹਰੇ ਮੇਰੇ ਤੋਂ ਆਈ, ਪਿੱਛੇ ਤਾਂ ਬੋਲੇ ਕੋਈ ਨਹੀਂ, ਸਾਰੇ ਹਾਜ਼ਰੀ ਲਵਾਓ, ਸਾਰੇ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਭੁੱਖੇ ਦੀ ਆਵਾਜ਼ ਨਹੀਂ ਨਿਕਲਦੀ ਹੁੰਦੀ, ਜਿਸ ਗੱਲ ਯਾਦ ਰੱਖਿਓ, ਰੱਜਿਆ ਹੋਇਆ ਬੰਦਾ ਹਮੇਸ਼ਾ ਹੀ ਬੋਲਦਾ ਹੈ ਗੱਜ ਵੱਜ ਕੇ। ਆਓ ਜਿਸ ਸਥਾਨ ਤੇ ਤੁਸੀਂ ਬੈਠੇ ਹੋ ਕਿ ਜੋ ਐਤਕੀ ਦੀ ਜੋ ਸਟੇਜ ਇੱਥੇ ਚੱਲ ਰਹੀ ਹੈ ਬਹੁਤ ਵਧੀਆ, ਮਹਾਰਾਜ ਨੇ ਬਹੁਤ ਅਪਾਰ ਕਿਰਪਾ ਕਰੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਬੋਲੋ, ਸਾਰੇ ਸਤਿਗੁਰੂ ਨਦਰ ਕਰੇ, ਨਦਰੋ ਨਦਰੀ ਨਿਹਾਲ ਕਿ ਜੋ ਪਹਿਲਾਂ ਤੋਂ ਕਈ ਸਾਲਾਂ ਤੋਂ ਸਟੇਜ ਇੱਧਰ ਦਰਬਾਰ ਸਾਹਿਬ ਵਿੱਚ ਹੁੰਦੀ ਸੀ, ਐਤਕੀ ਇਸ ਹਾਲ ਵਿੱਚ ਆ ਗਈ। ਇਹ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਵੇਰੇ ਅਰਦਾਸ ਵਿੱਚ ਵੀ ਇਹੀ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਾਬਾ ਜੀ ਨੇ ਅਰਦਾਸ ਕਰੀ, ਉਹਦੇ ਵਿੱਚ ਵੀ ਇਹੀ ਬੇਨਤੀ ਕਰੇ ਕਿ ਭਾਈ ਸਭ ਦਾ ਸਹਿਯੋਗ ਦੇ ਨਾਲ ਇਹ ਜੋ ਸਥਾਨ ਹੁੰਦੇ ਹਨ ਸਭ ਦੇ ਸਹਿਯੋਗ ਦੇ ਨਾਲ ਬਣਦੇ ਹਨ, ਸਭ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲਦੇ ਹਨ। ਬੋਲੋ ਸਤਨਾਮ ਸ੍ਰੀ ਭਗਤ ਕਬੀਰ ਜੀ ਕਹਿੰਦੇ, ਚਿੜੀ ਚੂੰਜ ਪਰ ਲੈ ਗਈ ਨਦੀ ਨਾ ਘਟੋ ਨੀਰ, ਦਾਨ ਦੀਆ ਧਨ ਨਾ ਘਟੇ ਕਹਿ ਗਏ ਭਗਤ ਕਬੀਰ। ਜੋ ਜਿੱਥੇ ਤੁਸੀਂ ਲੰਗਰ ਛੱਕ ਰਹੇ ਹੋ ਨਾ ਇਸ ਟਾਈਮ ਚਾਹ ਪਕੌੜੇ ਦਾ ਲੰਗਰ, ਉਸ ਤੋਂ ਬਾਅਦ ਬੇਅੰਤ ਜੱਗ ਸ਼ੁਰੂ ਹੋ ਜਾਣੇ ਹੋਰ ਵੀ, ਇਹ ਤੁਹਾਡਾ ਇੱਕ ਇੱਕ ਰੁਪਇਆ ਦਿੱਤਾ ਹੋਇਆ ਇਸ ਸਥਾਨ ਤੇ ਲੱਗਣਾ ਹੈ। ਉਸ ਸਮੇਂ ਤੋਂ ਬਾਅਦ ਇਹ ਲੈਂਟਰ ਵੀ ਭਾਈ ਸ਼ੁਰੂ ਹੋਣੇ ਹਨ, ਇਹ ਲੈਂਟਰਾਂ ਵਿੱਚ ਵੀ ਆਪਾਂ ਸਭ ਨੇ ਮਨ ਕਰਕੇ ਤਨ ਕਰਕੇ ਧਨ ਕਰਕੇ ਇਸ ਸਥਾਨ ਤੇ ਸੇਵਾ ਸ਼ੁਰੂ ਕਰਨੀ ਹੈ। ਬੋਲੋ ਸਤਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਮਹਾਰਾਜ ਆਪਣੇ ਸਲੋਕਾਂ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਸਰੀਰ ਕਰਕੇ ਤਾਂ ਕਿਸੇ ਨੇ ਰਹਿਣਾ ਨਹੀਂ, ਜੋ ਉਪਜੋ ਸੋ ਬਿਨਸੈ ਪਰੋ ਵਾਜ ਕੇ ਕਾਲ, ਸਾਰੇ ਬੋਲੋ ਨਾਨਕ ਹਰ ਗੁਣ ਗਾਏ ਲੈ ਛਾੜ ਸਗਲੇ ਜੰਜਾਲ। ਕਹਿਣ ਦਾ ਭਾਵ ਹੈ ਕਿ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ, ਕਹੋ ਨਾਨਕ ਸੀ ਜਗਤ ਮੇ ਤਿੰਨ ਜਪਿਓ ਗੁਰਮੰਤਰ। ਇਹ ਤੁਹਾਡਾ ਦਿੱਤਾ ਹੋਇਆ ਹੱਥ ਦਾ ਦਾਨ, ਇਸ ਸਥਾਨ ਤੇ ਜੋ ਬਾਹਰਲੇ ਪਾਸੇ ਲੰਗਰ ਚੱਲ ਰਿਹਾ ਹੈ ਉੱਥੇ ਭਾਈ ਆਪਾਂ ਨੇ ਸਭ ਨੇ ਰਲ ਮਿਲ ਕੇ ਇਸ ਦੀਵਾਨ ਹਾਲ ਲੰਗਰ ਹਾਲ ਦੇ ਵਿੱਚ ਆਪਾਂ ਨੇ ਸਭ ਨੇ ਹੀ ਮਨ ਕਰਕੇ ਤਨ ਕਰਕੇ ਧਨ ਕਰਕੇ ਉਸ ਹਾਲ ਦੇ ਵਿੱਚ ਵੀ ਆਪਾਂ ਨੇ ਸੇਵਾ ਸ਼ੁਰੂ ਕਰਨੀ ਹੈ। ਕੁਝ ਸਮੇਂ ਤੋਂ ਬਾਅਦ ਉਸਦੇ ਲੈਂਟਰ ਪੈਣੇ ਹਨ ਕਿ ਯਾਦਾਂ ਰਹਿ ਜਾਂਦੀਆਂ, ਸਰੀਰ ਕਰਕੇ ਕਿਸੇ ਨੇ ਨਹੀਂ ਰਹਿਣਾ, ਇੱਕ ਸਿਰਫ ਨਾਮ ਰਹਿ ਜਾਂਦਾ ਕਿ ਹਾਂ ਵੀ ਇਸ ਬੰਦੇ ਨੇ ਸੇਵਾ ਕਰਵਾਈ, ਇਹ ਸਥਾਨ ਕਿੰਨਾ ਵਧੀਆ ਬਣਿਆ, ਇਹ ਲੰਗਰ ਹਾਲ ਕਿੰਨਾ ਵਧੀਆ ਬਣਿਆ। ਬੋਲੋ ਸਤਨਾਮ ਸ੍ਰੀ। ਬੇਨਤੀ ਕਰਾਂ ਕਿ ਜਦੋਂ ਪਰਸੋਂ ਰਾਤ ਮਹਾਨਗਰ ਕੀਰਤਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਮਹਾਰਾਜ ਨਨਕਾਣਾ ਸਾਹਿਬ ਤੋਂ ਚੱਲ ਕੇ ਆਏ ਸਨ, ਤੇ ਭੱਕੂ ਮਾਜਰ ਦੀਆਂ ਸੰਗਤਾਂ ਵੀ ਬਾਹਰ ਬੈਠੀਆਂ, ਤੇ ਜਿਵੇਂ 3 ਵਜੇ 2:30 ਵਜੇ ਦਾ ਟਾਈਮ ਸੀ, 3:30 ਵਜੇ ਲਾ ਲਓ, ਮੈਂ ਤੁਮ ਲੁੱਟੀ ਰਿਹਾ ਉਦੋਂ ਸਾਰੀ ਰਾਤ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਮਹਾਰਾਜ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਤੋਂ ਚੱਲ ਕੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਏ। ਬੋਲੋ ਸਤਨਾਮ ਸ੍ਰੀ। ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰੇ, ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰੇ ਉਹ ਨਦਰ ਨਦਰ ਨਿਹਾਲ ਹੋ ਗਿਆ। ਬੋਲੋ ਸਤਨਾਮ ਸ੍ਰੀ। ਆਓ ਸਮਾਪਤੀ ਹੈ, ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਵੋ ਸੰਤ ਜਪਾਵੈ ਨਾਮ। ਆਓ ਇੰਨੀ ਹਾਜ਼ਰੀ ਪ੍ਰਵਾਨ ਕਰੋ, ਦਾਸ ਦਾ ਨਗਰ ਸ਼ਹਿਰ ਸ੍ਰੀ ਚਮਕੌਰ ਸਾਹਿਬ ਹੈ, ਚਮਕੌਰ ਸਾਹਿਬ ਦੇ ਜੰਮੇ ਪਲੇ ਹੋਏ ਹਾਂ ਅਸੀਂ, ਸਾਰੇ ਫਤਿਹ ਬੁਲਾਓ, ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਬਾਬਾ ਦਰਸ਼ਨ ਸਿੰਘ ਜੀ ਚਮਕੌਰ ਸਾਹਿਬ ਵਾਲੇ ਲੰਗਰਾਂ ਵਾਲੇ।